हेलो एंड वेलकम गाइस, कमें आई हो तो ये सारे कैंट होंगे। तो गाइस आप पूरे कैंट आ कहते केड़ा दिन आ गया, कहते ओही दिन आ गया, कहते कई साल तो ठीक सी मुंडे हो यार के आए सी के नवा ट्रैक्टर लियावांगे, उनू मॉडिफाई करांगे ते आनंदपुर साहब होले महल्ले ते लेके जावांगे। कई साल दी डीक सीगी ते ओ दिन आ गया मुंडियो, कपड़ा भाई इन्होंने मारना या फगाड़ वाला माल है, माड़ी मोटी गल थोड़ी है। मुंडे ओके दी रिपोर्ट, हां ए नटा ते मारनी है, मार दे बस ओके यार, मारती भरावा केड़े स्पिनर दे कहना। ते गाइस स्पिनर चेक करो पहला ता, आ अंदर हैगा मकड़ी दा जाला ते बाहर तेरे यार दा डालर वांगू नी नाम साडा चलदा के चलदा के ना ओके दी रिपोर्ट आ कम। ते बाकी मुंडे ट्राला भी ओके रिपोर्ट आ, बस चलदे आ होर आपां 2 घंटे तक खिच दे आनंदपुर साहब वल, सरा लग गया मुंडे चलो फिर चल दे गाइस ओके आ। कहिंदे मुंडे ओ पालश पुलश मारती ते आ थापर तो पालश लियांदी सी, ए सही नहीं, हुण उहनूं कहा मैं कहा होर दे यार, इहदे नाल टायर काले नहीं हुंदे, इह तां पता नहीं यार ऊं क्लीन वाला यार, देख यार बई घर घुर साफ करन वाला ना, ते कहिंदा टायरां वास्ते लै यार, पता नहीं यार की होया थापर नूं वी समान वध खा लैंदा उहनूं पता लगदा नहीं गा। ते बाकी एक पक्खी भी लाती कहिंदे मुंडे ने, हवा बह के नहीं यार ये लिया करेंगे मुंडे। ते हुण वेखदे अपने वाला दूजा ट्रैक्टर किन्ना क तैयार हो गया ड्रैगन, ਉਹਨਾਂ ਕੋਲੇ ਵੀ ਚੱਲਦੇ ਆ ਮੁੰਡਿਓ, ਠੀਕ ਹੈ ਉਹ ਵੀ ਦੇਖਦੇ ਕੀ ਮਾਹੌਲ ਚ ਆਲਾ। ਗਾਈਸ ਹੁਣ ਚੱਲੇ ਸੀਗੇ ਹੈਪੀ ਕੋਲੇ ਤੇ ਡਰੈਗਨ ਵੇਖਦੇ ਆਪਾਂ ਕੀ ਕੁਛ ਕੀਤਾ ਇਹਨਾਂ ਨੇ। ਮੈਂ ਤਾਂ ਉਦੋਂ ਦਾ ਨਾ ਆਪਦੇ ਆਪਣੇ ਡਾਇਨਾਸੌਰ ਤੋਂ ਹੀ ਨਹੀਂ ਵੇਲ ਮਿਲੀ ਯਾਰ, ਠੀਕ ਆ ਤੇ ਹੋਰ ਪਾਸੇ ਹਾਲ ਹੋਇਆ ਹੀ ਨਹੀਂ ਗਿਆ ਹੈਗਾ। ਤੇ ਹੁਣ ਦੇਖਦੇ ਆ ਕੀ ਕੁਛ ਕਰਿਆ ਮੁੰਡਿਆਂ ਨੇ। ਕਹਿੰਦੇ ਓਕੇ ਤਰਪਾਲ ਹੀ ਬਹੁਤ ਹੋਣੀ ਪਈ ਹੈ, ਓਕੇ ਲੈ ਯਾਰ ਸਿਰਾ ਕਰਾਇਆ ਪਿਆ ਲੈ, ਹੈਪੀ ਗੋਲਡ ਸਮੈਥ ਹੈ ਇਹ, ਠੀਕ ਆ ਯਾਰ ਡਾਇਨਾਸੌਰ ਵਾਲੇ ਠੀਕ ਆ ਓਕੇ ਆ ਮੁੰਡਿਓ ਕੰਮ। ਉਹ ਹੈਪੀ ਹੋਈ ਜਿਹੜੀ ਟਾਇਰਾਂ ਵਾਲੀ ਪਾਲਸ਼ ਵਾਪਸ ਕਰਨੀ ਆ, ਸਹੀ ਨਹੀਂ ਗੀ ਇਹ ਮੁੰਡੋ ਕਹਿੰਦੇ ਜਮਾਂ ਓਕੇ ਦੀ ਰਿਪੋਰਟ ਆ ਕੰਮ ਹੈਪੀ ਹੋਰਾਂ ਦਾ ਵੀ ਡਰੈਗਨ ਦਾ ਵੀ, ਕਹਿੰਦੇ ਬੇਸ ਬਹੁਤ ਬਣਦੀ ਆ ਬਾਈ, ਡਰਾਈਵਰ ਵੀ ਤਿਆਰ ਬਾਰ ਤਿਆਰ ਆ, ਓਕੇ ਆ ਕੰਮ ਚਲੋ ਫਿਰ ਚੱਲ ਗਏ ਹੈ ਨਾ। ਬਸ ਅੰਗ ਸੁੰਗ ਹੈਪੀ ਲਾ ਲਓ ਬਾਈ ਫੋਨ, ਜਿਨ੍ਹਾਂ ਨੇ ਆਉਣਾ ਕਰਨਾ ਸੀਗਾ ਬਾਹਰ ਕੱਢ ਲਓ। ਚਲੋ ਗਾਈਸ ਕਹਿੰਦੇ ਫੌਜਾਂ ਤਿਆਰ ਬਾਰ ਤਿਆਰ ਹੋਈਆਂ ਜਾਣ ਵਾਸਤੇ, ਓਕੇ ਆ ਕੰਮ ਚੱਟਾ ਝੇਲ ਝੂਲ ਦੇ ਕੇ ਸ੍ਰੀ ਚਾਂਡੇ ਸਿੰਘਾਂ ਦੀ ਜਾਵੇ ਕਾਰ ਚੂਕਦੀ। ਬਸ ਸਹੀ ਆ ਮੁੰਡਿਓ, ਕਹਿੰਦੇ ਕਰਨ ਦੀ ਤਿਆਰੀ ਤੇ ਆਪਾਂ ਤੁਰਦੇ ਆ, ਬਸ ਹੁਣ ਕੱਢਦੇ ਟ੍ਰੈਕਟਰ ਨੂੰ ਬਾਹਰ ਤੇ ਬੈਟਰੀ ਚਾਰਜ ਤੇ ਲਾਈ ਸੀਗੀ, ਓਕੇ ਆਉਣ ਦਾ। ਚਲੋ ਬਾਈ ਮੁੰਡਿਓ ਕਹਿੰਦੇ ਤਿਆਰੀ ਫੁੱਲ ਬੜਾ ਫੁੱਲ ਹੈ ਹੈਪੀ ਫੁੱਲ, ਓਕੇ ਹਵਾ ਹੂਆ ਭਰਾ ਕੇ ਲੈ ਆਏ ਆ ਟਾਇਰਾਂ 'ਚ ਯਾਰ। ਬਸ ਸਹੀ ਆ ਓਕੇ ਆ, ਮੈਂ ਵੀ ਟਾਇਰਾਂ 'ਚ ਹਵਾ ਭਰਾਉਣਾ ਯਾਰ ਮਾੜੀ ਮੋਟੀ, ਓਕੇ ਆ ਕੰਮ। ਪਾਲਸ਼ਾ 2 ਯਾਰ ਉਹਨੂੰ ਕਿਹਾ ਵਾ ਯਾਰ ਤੂੰ ਉੱਥੇ ਜਾ ਵੜਾ ਯਾਰ, ਉਹੀ ਦਿਮਾਗ ਹੀ ਖਾਈ ਜਾਂਦੇ ਰਹਿੰਦੇ ਆ ਯਾਰ, ਪਤਾ ਨਹੀਂ ਕੀ ਖਾ ਲੈਂਦੇ ਆ। ਗਾਇਸ ਟਰੈਕਟਰ ਹੋ ਗਏ ਰੈਡੀ ਆਪਣੇ ਦੋਨੇ ਤੇ ਓਕੇ ਦੀ ਰਿਪੋਰਟ ਆ ਕੰਮ, ਠੀਕ ਹੈ ਇੱਕ ਆ ਖੜਾ ਤੇ ਇੱਕ ਖੜਾ ਐ, ਇਹ ਤਾਂ ਭਜਦਾ ਹੀ ਬਹੁਤ ਆ ਬਾਈ ਤੁਹਾਡੇ ਵਾਲਾ, ਤਾਂ ਤੁਹਾਡੇ ਨਾਲ ਨਹੀਂ ਭਜਾਉਣਾ ਤੁਸੀਂ ਲੋਕਾਂ ਨਾਲ ਤਾਂ ਭਜਾਓਗੇ। ਓਏ ਸਮਾਨ ਸਮੂਨ ਰੱਖ ਲੈ ਨਾ, ਰਾੜ ਜੀ ਰੱਖ ਲਈ, ਸਲਾਈਆਂ ਲੈ ਲਈ, ਬਾਠ ਹੈ ਆ। ਚਲੋ ਬਾਈ ਮੁੰਡੇ ਚੱਲ ਗਏ ਫਿਰ, ਓਕੇ ਆ ਮੁੰਡਿਓ ਕੰਮ ਜਮਾਂ ਮੁੰਡਿਆਂ ਨੇ ਪਾਲਸ਼ਾ ਪੁਲਸ਼ਾ ਟਾਇਰਾਂ ਤੇ ਮਾਰਤੀਆਂ, ਕਿਉਂ ਕਰਦੇ ਨਾ ਕਾਲੇ, ਓਕੇ ਆ ਕੰਮ। ਤੁਹਾਨੂੰ ਪਾਲਸ਼ ਨਾ ਸਵਾਰ ਕੇ ਸਾਰੇ ਟਾਇਰ ਤੇ ਮਾਰੀ ਦੀ ਹੁੰਦੀ ਆ, ਬਾ ਠੀਕ ਆ ਕੋਈ ਨਾ, ਉਹ ਮੈਂ ਥਾਪਰ ਕੋਲੇ ਮਾੜਾ ਜਿਹਾ ਉੱਧਰ ਹੋ ਕੇ ਆਉਣਾ ਵਾ ਟਰੈਕਟਰ ਤੇ, ਮਾੜਾ ਜਿਹਾ ਹਾਰ ਦਾ ਹਵਾ ਜੀ ਨਹੀਂ ਭਰਦਾ ਉਹ ਦਿਖਾਉਣਾ ਉਹਨੂੰ, ਪਤਾ ਨਹੀਂ ਇੱਥੋਂ ਲੀਕ ਕਰਦਾ ਯਾਰ। ਗਾਈਸ ਕਹਿੰਦੇ ਕੀ ਚੱਕ ਲਿਆ, ਕਹਿੰਦੇ ਕੂੰਡਾ ਘੋੜਨਾ, ਕਹਿੰਦੇ ਦੇਗ ਵੀ ਕਹਿੰਦੇ ਰਾਹ 'ਚ ਬਣਾਉਣੀ ਆ ਮੁੰਡਿਆਂ ਨੇ, ਐਂ ਆ ਫਿਰ ਸਿੰਘ ਤਾਂ ਐਂ ਕਰਨਗੇ, ਤੇ ਕੁੰਡਾ ਆਪਣਾ ਧੋਣ ਵਾਲਾ ਕੋਈ ਨਾ ਧੋ ਧੋ ਕੇ ਕਿਸੇ ਦਿਨ ਬਣਾਵਾਂਗੇ, ਹੁਣ ਅੱਜ ਤਾਂ ਨਹੀਂ ਮੁੰਡਿਓ, ਤੇ ਕੱਲ ਨੂੰ ਬਣਾਵਾਂਗੇ ਉੱਥੇ ਜਾ ਕੇ ਹਨਾ, ਕਿਉਂਕਿ ਧੁੱਪ ਜੀ ਲੱਗੀ ਹੋਵੇ ਫਿਰ ਆਨੰਦ ਆਉਂਦਾ, ਆਨੰਦ ਪੂਰਾ। ਸਤਿ ਸ੍ਰੀ ਅਕਾਲ ਲੋ ਗਾਈਸ, ਹੁਣ ਬਾਗੇ ਵਾਲੇ ਤੋਂ ਇੱਥੇ ਤੁਰਨ ਲੱਗੇ ਸੀਗੇ, ਇੱਥੇ ਥੋੜੇ ਬੰਦੇ ਬਣਾਉਣੇ ਸੀਗੇ ਤੇ ਬਸ ਜੀ ਹੁਣ 5-10 ਮਿੰਟ ਹੋ ਗਏ ਤਿਆਰੀ ਸੀਗੀ ਤੇ ਹੁਣੇ ਤੁਰਨ ਲੱਗੇ ਆ।
ठीक है ओके जमा संगत भी गाइस पूरी है खुश हो आ गया कहते डायनासोर लो भाई ओके आ काम भाई संगत जा रही होले महल से ओके आ काम कठ वाहवा हो जाना ऐ कर दें घरे आने होंगे कठ यार वाहवा हो जाना कर दे फुल भाई टेंकी गाइस टेंकी करा ली फुल ते 4700 ते 60 रुपया का पै गया ठीक है ते हुण की कहंदे हुंदे 40 रुपया दे चमक लैल पवा लिया पूरा 4800 हो गया ना भाई ओके आ काम ओ हैप्पी कर पेटीएम पेटीएम कर भाई नू ते होर किन्ने करने आ लंगर आ गया कहिंदे होले महल्ले दा मोगे ते तुहानू पता आपां लंगर कोई नहीं छड्डना ठीक है ये बेचारे लंगर अहीं तां नहीं छड्डदे क्योंकि ये भी बेचारे आपां नूं उड़ीकदे हुंदे आ हुण साल बाद सही है ना बई ओके होर बई सैट चलो बई मुंडे लंगर छकीए फोटो फोटो कराइए आ कर दो कोई गल नहीं गाइस कहिंदे पहले लंगर च खड़ गए आपां हैना मोगे हुंदा आपणे की कहिंदे हुंदे आ बुक्कीपुरा किहड़ा चौंक नहीं गा कोल ओह टप की लंगर हुंदा वा इधरले हाथ ये भी बहुत टाइम तो लंगर चलदा आ रहा ते जलेबी रख दे भाई एक अद्धी चको भाई मुंडे कहिंदे जलेबियां दे प्रसादे प्रसूदे छक के ते फिर चलदे आ अज वेखते हैं रात को कितने खड़ना मेरे हिसाब ना तो चमकौर साहब है ना उ जिथे अगे खड़ते होंगे उसे रुका बाकी देखते हैं कि बंदा जुड़ता प्रशादा खाइए चको भाई मुंडे तोड़ ले दोनों कहें
ਗਾਇਸ ਫੇਰ ਲੰਗਰ ਤੇ ਰੋਕ ਗਏ ਲੰਗਰਾਂ ਦੇ ਫੇਰ ਰੋਕ ਗਏ ਓਕੇ ਆ ਕੰਮ ਮੁੰਡਿਓ ਆ ਬੈਠੀਆਂ ਬੁੜੀਆਂ ਬਾਣੀਆਂ ਕੱਟੀਆਂ ਹੋਈਆਂ ਆ ਪਤਾ ਨਹੀਂ ਕਿੱਧਰ ਤੁਰੇ ਫਿਰਦੇ ਗਾਂ ਪਿਛਾਂ ਹੀ ਹੋ ਜਾਂਦੇ ਮੁੰਡੇ ਆਪਣੇ ਤੋਂ ਯਾਰ ਡਰੈਗਨ ਵਾਲੇ ਤੁਸੀਂ ਯਾਰ ਅੱਗੇ ਪਿੱਛੇ ਹੀ ਹੋ ਜਾਂਦੇ ਸਾਡੇ ਤੋਂ ਕਿੱਧਰ ਗਿਆ ਹੁਣ ਓਏ ਤੁਸੀਂ ਗਾਂ ਪਿਛਾਂ ਹੀ ਹੋਏ ਰਹਿੰਦੇ ਸਾਡੇ ਤੋਂ ਟਿਕਟ ਜਾਂ ਮੈਂ ਭਜਾਇਆ ਥੋੜਾ ਜਿਹਾ ਕਹਿੰਦਾ ਮੇਰਾ ਪਰਨਾ ਢਿੱਲਾ ਹੁੰਦਾ ਗਾਈਸ ਇੱਕ ਬੰਦਾ ਆਇਆ ਸਾਡੇ ਕੋਲ ਕਹਿੰਦਾ ਬਈ ਟਰੈਕਟਰ ਤੁਸੀਂ ਕੋਲ ਦੀ ਉਹਨਾਂ ਨੇ ਕੱਢਿਆ ਸੀ ਆਪਣੇ ਜੌਂਡੀਅਰ ਸੀਗਾ ਉਹਨਾਂ ਨੇ ਆਪਣੇ ਕੋਲ ਦੀ ਕੱਢਿਆ ਕਹਿੰਦੇ ਬਈ ਭਜਾਇਆ ਨਹੀਂ ਤੁਸੀਂ ਮੈਂ ਕਿਹਾ ਅਸੀਂ ਸਾਡੀਆਂ ਨਾ ਕੁੜੀਆਂ ਗਾਲਾਂ ਕੱਢਦੀਆਂ ਸੀ ਤਾਂ ਨਹੀਂ ਭਜਾਇਆ ਨਾਲੇ ਹਜੇ ਤਾਂ ਤੀਜੇ ਗੇਅਰ 'ਚ ਹੀ ਸੀਗਾ ਇੰਨਾ ਭੱਜੀ ਜਾਂਦਾ ਚੌਥਾ ਤਾਂ ਗੇਅਰ ਹੀ ਨਹੀਂ ਸੀ ਪਾਇਆ ਨਾਲੇ ਤੁਹਾਨੂੰ ਪਤਾ ਹੀ ਆਪਣੇ ਗਰਾਰੇ ਗਰੂ ਕੀਤੇ ਵਿਆ ਚੇਂਜ ਮੁੰਡਿਓ ਕੀ ਨਾ ਦੀ ਸਲਿੱਪ ਹੋਇਆ ਕੋਈ ਚੱਕਰ ਨਹੀਂ ਗਾ ਅਤੇ ਚਲੋ ਫਿਰ ਮੁੰਡਿਓ ਚੱਲਦੇ ਹਾਂ ਅਤੇ ਟਾਪ ਤੁਹਾਨੂੰ ਵੀ ਪਤਾ ਇਹਦਾ ਤੀਜਾ ਟਾਪ ਆ ਹਜੇ ਤਾਂ ਚੌਥੇ 'ਚ ਲਈ ਜਾਂਦੇ ਸੀਗੇ ਤੀਜਾ ਪਾਇਆ ਹੀ ਨਹੀਂ ਸੀਗਾ ਤਾਂ ਨਹੀਂ ਪਾਉਂਦੇ ਯਾਰ ਬੁੜੀਆਂ ਗਾਲਾਂ ਕੱਢਣ ਲੱਗ ਜਾਂਦੀਆਂ ਇੰਨਾ ਭਾਜਦਾ ਅਤੇ ਬੁੜਕਦਾ ਵਾਲਾ ਇੱਕ ਪਤਾ ਕੀ ਗੱਲ ਆ ਇੱਕ ਮਿੰਟ ਇੱਕ ਨਾ ਇਹਦੀ ਹੁੱਕ ਥੋੜ੍ਹੀ ਵਿੰਗੀ ਹੋਈ ਪਈ ਆ ਸਾਨੂੰ ਡਰ ਆ ਕੇ ਯਾਰ ਹੋਰ ਨਾ ਟੁੱਟ ਟੁੱਟ ਜਾਵੇ ਤਾਂ ਹੀ ਹੌਲੀ ਜਾਂਦੇ ਹਾਂ ਹਾਂ ਤਾਂ ਹੀ ਹੌਲੀ ਜਾਂਦੇ ਨਹੀਂ ਭਜਾਉਣ ਭਜੂਣ ਵਾਲਾ ਤਾਂ ਕੋਈ ਚੱਕਰ ਨਹੀਂ ਗਾ 110 ਪਲੱਸ 120 ਪਲੱਸ ਜਾਂਦਾ ਇਹ ਆਪਾਂ ਤਾਂ ਜਾਣ ਕੇ ਸਹੀ ਹੈ ਕਿ ਨਾ ਬਾਕੀ ਯਾਰ ਭਜਾਉਣਾ ਵੀ ਨਹੀਂ ਕਿਸੇ ਨਾਲ ਬਾਈ ਜਦਾਈ ਥੋੜ੍ਹੀ ਹੈ ਯਾਰ ਐਡਾ ਡੈੱਕ ਲੱਗਿਆ ਵਾ ਹਵਾ ਰੁਕੀ ਜਾਂਦਾ ਫਲਾਨਾ ਢੋਗਾ ਸਵਾਦ ਲੈਣ ਆਏ ਆ ਹੈ ਨਾ ਯਾਰ ਗੁਰੂ ਘਰ ਦਰਸ਼ਨ ਕਰਨ ਜਾਣਾ ਨਜ਼ਾਰੇ ਲਓ ਠੀਕ ਹੈ ਐਵੇਂ ਕੀ ਯਾਰ ਇੱਕ ਦੂਜੇ ਭਰਾ ਦੀ ਬਾਈ ਡਾਕਟਰ ਫਲਾਨਾ ਢੋਗਾ ਓਕੇ ਆ ਜਾਵਾਂ ਹੈ ਨਾ ਜਦ ਚਲ ਗਿਆ ਫਿਰ ਹਨੇਰਾ ਹੋ ਗਿਆ ਯਾਰ ਕਿਉਂਕਿ ਹੈਪੀ ਦੀ ਨਾ ਉਹ ਟੁੱਟ ਗਈ ਸੀਗੀ ਸਲਾਈ ਉਹ ਪਾਉਣ ਲੱਗ ਗਏ ਯਾਰ ਅੱਜ ਇੱਥੇ ਦਰਾਹੇ ਆਉਂਦੇ ਆਉਂਦੇ ਹਨੇਰਾ ਹੋ ਗਿਆ ਯਾਰ ਕਿਉਂ ਜਾਗਦਾ ਕਿ ਨਾ ਬਾਈ ਲਾ ਲਿਆ ਸਾ ਲਿਆ ਬਾਈ ਬਾਈ ਕਹਿੰਦੇ ਆ ਜਾ ਡੈਣਾ ਸਾਰਾ ਲਿਆ ਗਾਈਸ ਲੰਗਰ ਪ੍ਰਸ਼ਾਦਾ ਬਾਣੀ ਕਹਿੰਦੇ ਛਕ ਲਿਆ ਤੇ ਅੱਜ ਯਾਰ ਲੇਟ ਵਾਲੇ ਹੋ ਗਏ ਅੱਗੇ ਦਰਾਹੇ ਆਪਾਂ ਪਤਾ ਕਿੰਨੇ ਵਜੇ ਆ ਜਾਂਦੇ ਹੁੰਦੇ ਹਾਂ 2:30-3 ਵਜੇ ਤੇ ਅੱਜ ਹੁਣ ਨਹੀਂ ਰਹੂਗਾ ਚੱਲ ਕੋਈ ਨਾ ਰੁਕਾਂਗੇ ਤਾਂ ਉੱਥੇ ਹੀ ਜਿਹੜੀਆਂ ਤੁਸੀਂ ਲਾਈਟਾਂ ਵਿਖਾਈਆਂ ਵਾ ਉਹ ਵਿਖਾਉਣੀਆਂ ਆਪਾਂ ਜਿਹੜੀਆਂ ਲਾਈਆਂ ਜਾਗਦੀਆਂ ਵਿਖਾਉਣੀਆਂ ਟਾਈਮ ਨਾਲ ਜਾ ਕੇ ਗੁਰਦੁਆਰੇ ਬੈਠ ਜਾਣਾ ਜੀ ਬਾਬਾ ਕਹਿੰਦਾ ਜਗਾ ਕੇ ਲਿਆ ਤੇ ਗਾਈਸ ਪਤਾ ਕੀ ਗੱਲ ਆ ਰੁਕਾਂਗੇ ਉੱਥੇ ਜਿੱਥੇ ਅੱਗੇ ਰੁਕਦੇ ਹੁੰਦੇ ਆ ਚਮਕੌਰ ਸਾਹਿਬ ਹਨਾ ਗੁਰਦੁਆਰਾ ਤਾੜੀ ਸਾਹਿਬ ਭਾਵੇਂ 12 ਵੱਜ ਜਾਣੇ ਯਾਰ ਉੱਥੇ ਹੀ ਜਾ ਕੇ ਰੁਕਾਂਗੇ ਠੀਕ ਆ ਤੇ ਫਿਰ ਕੱਲ ਨੂੰ ਟਾਈਮ ਨਾਲ ਆਨੰਦਪੁਰ ਸਾਹਿਬ ਤੇ ਅੱਜ ਯਾਰ ਸਟੋਰੀ ਸਟੋਰੀ ਵੀ ਨਹੀਂ ਪਾਈ ਬਾਈ ਜਨਤਾ ਬਾਲੀ ਵਿਚਾਰੀ ਆ ਵੀ ਬਾਈ ਡੀਕੀ ਜਾਂਦੇ ਸੀ ਲੰਗਰ ਵਾਲੇ ਲੈ ਵੀ ਮੁੰਡੇ ਕਹਿੰਦਾ ਟਰਬੋ ਖੋਲੀ ਬੈਠੇ ਆ ਬਾਈ ਫੜਦੇ ਨਹੀਂ ਪੰਗੇ ਲੈਣੋਂ ਲੈ ਖੋਲਤੀ ਬਾਈ ਵੱਡੀ ਟੇਪ ਕੱਢ ਕੇ ਫੜਾਓ ਬਾਈ ਆ ਵੀ ਲੱਗੀ ਕੀ ਕਹਿਣਾ ਬਾਈ ਖੋਲਤੀ ਖਾਲੀ ਰੋਟੀ ਰਾਟੀ ਮਿਲ ਗਈ ਰੋਟੀਆਂ ਤੈਨੂੰ ਮਿਲ ਗਈਆਂ ਬੇਬੇ ਠੀਕ ਆ ਨਹੀਂ ਮਿਲੀਆਂ ਤੇ ਆ ਕੀ ਖਾਈ ਜਾਨੀ ਆ ਪਈਆ ਸਾਡੀ ਲਾ ਬਾਈ ਲਾ ਤੀ ਮੁੰਡਿਆਂ ਨੇ ਕਹਿੰਦੇ ਟਰੈਕਟਰ ਭਾਜਦਾ ਨੀ ਭਜਾਉਣਾ ਕੀ ਬਾਈ ਕਿੱਥੇ ਹੋਈ ਤੂੜੀ ਵਾਲੀ ਲਈ ਫਿਰਦੇ ਯਾਰ ਆਹ ਗੱਲ ਮਾੜੀ ਆ ਉਡੇ ਹੱਥ ਯਾਰ ਕੀ ਕਰਤਾ ਫਿਰ ਅੱਗ ਕਢਾ ਦੀ ਕਹਿੰਦੇ ਲਾਟ ਨੀ ਮਾਰਦਾ ਆਵਾਜ਼ ਨੀ ਬਣਾਉਂਦਾ ਕਹਿੰਦੇ ਤਾਂ ਹੁਣ ਆਵਾਜ਼ ਬਣਾਉਣੀ ਹੈ ਟਰੈਕਟਰ ਦੀ ਇਹਦੇ ਜੁੱਤੀ ਨਹੀਂ ਟੰਗੀ ਯਾਰ ਦੋ ਤਿੰਨ ਤਕਲੀਫਾਂ ਆਈਆਂ ਸਾਨੂੰ ਪਹਿਲਾਂ ਸੂਈ ਜਾਂਦੀ ਸੀ ਪਹਿਲਾਂ ਸੈਂਡਲ ਟੰਗਿਆ ਹੁੰਦਾ ਸੀ ਨਾ ਵੇਖ ਲਾ ਪਹਿਲਾਂ ਸੂਈ ਜਾਂਦੀ ਸੀਗੀ ਉਹ ਜੁੱਤੀਆਂ ਮਾਰ ਕੇ ਇੱਥੇ ਤੇ ਨਾ ਇਹ ਕਹਿੰਦੇ 76 ਜੁੱਤੀ ਤੋਂ ਤਾਂ ਵੱਜ ਜਾਂਦਾ ਸੈਂਡਲ ਤੋਂ ਬੰਦਾ ਵੱਜਦਾ ਨਹੀਂ
ਬਾਈ ਬਲੌਕਰ ਤੇ ਬਲੌਕਰ ਇਕੱਠਾ ਹੋਇਆ ਫਿਰਦਾ ਬਾਈ ਟਰਬੋ ਤਾਂ ਲਾਈ ਆ ਤੇ ਕਹਿੰਦੇ ਬਾਹਾਂ ਬਾਹਾਂ ਨਹੀਂ ਕਰਦਾ ਯਾਰ ਇਹ ਤਾਂ ਕਰਦੇ ਲੰਘ ਜਾਂਦੇ ਆ ਕੋਲ ਦੀ ਸਲਾਂਸਰ ਵੀ ਨਵਾਂ ਲਾਤਾ ਬਾਈ ਲਾ ਕੇ ਡਾਇਨਾਸੌਰ ਤੇ ਚੈਪੀ ਕੱਢਦੇ ਸਲਾਂਸਰ ਵਾਲੇ ਤਾਂ ਵੇਖੋ ਕਿੰਨਾ ਘੈਂਟ ਆ ਬਾਈ ਪਹਿਲਾਂ ਪਤਾ ਕੀ ਅੱਖਾਂ ਹੀ ਭਰੀ ਜਾਂਦਾ ਸੀਗਾ ਤੂੰ ਹੀ ਸਿੱਟੀ ਜਾਂਦਾ ਸੀ ਮੇਰੇ ਤੇ ਤਾਂ ਕਰਕੇ ਮੈਂ ਕਿਹਾ ਵੀ ਚੇਂਜ ਕਰੋ ਆਹ ਦੇਖੋ ਜਾਗਦੀ ਆ ਨਾ ਪੂਰੀ ਯਾਲਡੋ ਲੱਗਦੀ ਆ ਮਿਹਨਤ ਆ ਬਈ ਸਾਡੀ ਕਈ ਕਹਿੰਦੇ ਸੀਗੇ ਯਾਰ ਆਹ ਚੀਜ਼ਾਂ ਹਿੱਲਣਗੀਆਂ ਆ ਵੇਖੋ ਹੁਣ ਹਿੱਲਦੀਆਂ ਨਹੀਂ ਨਹੀਂ ਆ ਵੇਖੋ ਹਿੱਲਦੀਆਂ ਆ ਪਟਾਲਾ ਬਾਈ ਫਿਰ ਬਣਾਈਆਂ ਪਤਾ ਕਿਨੇ ਆ ਕਿਨੇ ਬਣਾਈਆਂ ਪਤਾ ਗਾਇਸ ਓਕੇ ਯਾਰ ਬੋਰਡ ਹਜੇ ਨਾ ਸੈਲਫ ਮਾਰੀ ਬਾਈ ਬੰਦੇ ਇਕੱਠੇ ਹੋ ਜਾਂਦੇ ਤੇ ਮੁੰਡਿਓ ਲੰਗਰ ਪ੍ਰਸ਼ਾਦਾ ਪਾਣੀ ਜਮਾ ਛਕ ਲਿਆ ਬਾਈਆਂ ਨੇ ਯਾਰ ਬਹੁਤ ਸੇਵਾ ਕੀਤੀ ਯਾਰ ਹਨਾ ਬਾਈ ਵੀ ਵਿਚਾਰਾ ਕਹਿੰਦਾ ਨਾ ਮੈਂ 2-2.5 ਘੰਟੇ ਹੋ ਗਏ ਤੁਹਾਨੂੰ ਡੇਕੀ ਜਾਂਦਾ ਸੀ ਤੇ ਯਾਰ ਮੇਰੇ ਤੋਂ ਯਾਰ ਸਟੋਰੀ ਵੀ ਨਹੀਂ ਪਾਈ ਗਈ ਥੋੜ੍ਹਾ ਜਿਹਾ ਨਾ ਡਰੈਗਨ ਦਾ ਕੰਮ ਜਾਂ ਸਿਲਾਈ ਜੀ ਟੁੱਟ ਗਈ ਸੀਗੀ ਤੇ ਇੱਕ ਉਹਦੀ ਕਾਰਬੋ ਲਾਈ ਉਹਦੇ ਕਰਕੇ ਅਸੀਂ ਲੇਟ ਹੋ ਗਏ ਨਹੀਂ ਤਾਂ ਬਹੁਤ ਟਾਈਮ ਨਾ ਆਉਣਾ ਸੀ ਤੇ ਬਾਕੀ ਬਾਬਾ ਸੁੱਖ ਰੱਖੇ ਜਿੰਨੇ ਵੀ ਭਰਾ ਮੇਰੇ ਲੰਗਰਾਂ ਵਾਲੇ ਸਾਰਿਆਂ ਨੂੰ ਮਿਲ ਮਿਲ ਜਾਵਾਂਗੇ ਬਾਈ ਜਿਹੜੇ ਵੀ ਤੁਸੀਂ ਆਪਾਂ ਨੂੰ ਹਨਾ ਤੁਸੀਂ ਸਾਡੇ ਕਰਕੇ ਯਾਰ ਕਹਿਣ ਦਾ ਮਤਲਬ ਹੁੰਦੇ ਆ ਕਿ ਟਰੈਕਟਰ ਵਾਲੇ ਆਉਣਗੇ ਲੰਗਰ ਛਕਣਗੇ ਹਨਾ ਸਾਰੇ ਟਰੈਕਟਰ ਵਾਲੇ ਕਰਕੇ ਤਾਂ ਹੀ ਆਪਾਂ ਬਾਈ ਹਰੇਕ ਲੰਗਰ 'ਚ ਰੋਕ ਕੇ ਹਨਾ ਚਾਹ ਭਾਵੇਂ ਸਾਡਾ ਇੱਕ ਬੰਦਾ ਉਤਰੇ ਯਾਰ ਚਾਹ ਪੀਣ ਹਰੇਕ ਲੰਗਰ 'ਚ ਰੋਕ ਕੇ ਅਸੀਂ ਜਾਂਦੇ ਹੁੰਦੇ ਹਾਂ ਅਤੇ ਤੁਸੀਂ ਵੀ ਯਾਰ ਸਾਡੀ ਵੇਟ ਹੀ ਕਰਦੇ ਹਨਾ ਯਾਰ ਸਾਰਾ ਸਾਲ ਕੇ ਟਰੈਕਟਰ ਵਾਲੇ ਆਉਣਗੇ ਟਰਾਲੇ ਵਾਲੇ ਹਨਾ ਅਤੇ ਬਾਕੀ ਓਕੇ ਆ ਕੰਮ ਮੁੰਡਿਓ ਅਤੇ ਹੁਣ ਆਪਾਂ ਚੱਲਦੇ ਹਾਂ ਸਾਰਾ ਕੰਮ ਓਕੇ ਦੀ ਰਿਪੋਰਟ ਹੋ ਗਿਆ ਬੰਦੇ ਵੇਖ ਲਈਏ ਪੂਰੇ ਹੋ ਗਏ ਚਲੋ ਫਿਰ ਸਰ ਰੱਖ ਦਿਓ ਕੋਈ ਨਾ ਹੋਰ ਬਾਈ ਸੈਟੋ ਜਮਾਂ ਕਰਕੇ ਥੈਂਕ ਯੂ ਬਾਈ ਬਸ ਠੀਕ ਹਾਂ 1 ਮਿਲੀਅਨ ਕਰਨਾ ਓਕੇ ਬਾਈ ਯਾਰ ਲੈਟ ਵੀ ਪਤਾ ਨਹੀਂ ਕਦੋਂ ਪਹੁੰਚ ਗਿਆ ਚੱਲ ਬਾਈ ਹੁਣ ਇਹਨਾਂ ਵਿਚਾਰੇ ਯਾਰ ਦੁਪਹਿਰ ਤੇ ਡਿੱਕੀ ਜਾਂਦੇ ਫੋਨ ਵੀ ਲਾਏ ਫੋਨ ਯਾਰ ਮੇਰੇ ਤੋਂ ਚੱਕੇ ਨਹੀਂ ਗਏ ਬਾਈ ਸੋਰੀ ਯਾਰ ਹੋਰ ਬਾਈ ਸੈਟੋ ਥੈਂਕ ਯੂ ਬਾਈ ਯਾਰ ਓਕੇ ਪੈਂਦੀ ਤੱਕ ਬਸ ਠੀਕ ਆ ਤੇ ਚੱਲ ਗਏ ਫਿਰ ਚਲੋ ਠੀਕ ਆ ਬਾਈ ਧੰਨਵਾਦ ਬਾਈ ਗਾਈ ਤੇ ਲੰਗਰ ਜਾ ਕੇ ਕਹਿੰਦੇ ਪਕੌੜਿਆਂ ਦਾ ਲੰਗਰ ਹੈ ਸਿਰਾ ਲੱਗਿਆ ਹੋਇਆ ਪਕੌੜਿਆਂ ਦਾ ਉਹ ਖਿਲਾ ਦੇ ਦੋਨੇ ਡਾਕਟਰ ਬਾਈ ਆਪਾਂ ਉਧਰ ਲਾਤਾ ਇੱਕ ਉਧਰ ਲਾਤਾ ਗਾਈ ਤੇ ਕਹਿੰਦੇ ਪਕੌੜਿਆਂ ਦਾ ਲੰਗਰ ਹੈ ਸਿਰਾ ਲੱਗਿਆ ਪਿਆ ਮੁੰਡੇ ਉਹ ਬੈਠੇ ਬਾਪੂ ਰੇ ਮੇਰੇ ਸਾਹਮਣੇ 3-4 ਵਾਰੀ ਖਾ ਗਏ ਵੀ ਕਿੰਨੀਆਂ ਕੌਲੀਆਂ ਖਾ ਗਿਆ ਚਾਚਾ ਏ ਕਿੰਨੀਆਂ ਕੌਲੀਆਂ ਖਾ ਗਿਆ ਪਕੌੜਿਆਂ ਦੀਆਂ ਕਿੰਨੇ ਖਾ ਗਿਆ ਪਕੌੜੇ ਅੱਧਾ ਕਿਲੋ ਖਾ ਗਿਆ ਹੋਏਗਾ ਗਾਈਸ ਬਾਈ ਦਾ ਵੀ ਇੱਕ ਪੇਜ ਆ ਦੱਸੀ ਬਾਈ ਬੋਲਟ ਹੱਬ ਸਾਡੇ 6500_ ਹੱਬ ਠੀਕ ਆ ਕਾਹ ਤੇ ਹੈ ਇੰਸਟਾਗ੍ਰਾਮ ਤੇ ਬਾ ਠੀਕ ਆ ਮੰਡੂ ਕਰ ਲੋ ਜਾ ਕੇ ਫੋਲੋ ਸਾਰੇ ਭਰਾ ਜਾਣੇ ਯਾਰ ਜਰੂਰ ਕਰੋ ਬਾਈ ਬਣ ਕੇ ਫੋਲੋ ਹਨਾ ਓਕੇ ਆ ਕੰਮ ਟਰੈਕਟਰ ਸਹੀ ਠੀਕ ਆ ਆਪਣਾ ਹਾਂ ਠੀਕ ਆ ਬਾਈ ਧੰਨਵਾਦ ਤੇ ਮੁੰਡੇ ਸਪਿਨਰ ਜੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਏ ਨਹੀਂ ਸੀਗੇ ਇਹ ਦੱਸੋ ਕਿੱਦਾਂ ਦੇ ਲੱਗਦੇ ਆ ਟਰੈਕਟਰ ਕਿਹੜਾ ਓਕੇ ਆ ਕੰਮ ਮੁੰਡੇ ਹੁਣ ਚੱਲਦੇ ਆ ਫਿਰ ਦੂਜਾ ਆਪਣੇ ਵਾਲਾ ਕਿੱਧਰ ਰਹਿ ਗਿਆ ਯਾਰ ਦੂਜਾ ਕਿੱਧਰ ਰਹਿ ਗਿਆ ਡਰੈਗਨ ਪਤਾ ਨੀ ਕਿੱਥੇ ਰਹਿ ਗਿਆ ਮੁੰਡੇ ਉਹ ਵੀ ਆਉਂਦਾ ਹੋਊਗਾ ਇਹ ਹੋਰ ਆ ਕਿ ਮਗਰ ਆਈ ਦੇ ਆ ਗਏ ਬਾਈ ਡਰੈਗਨ ਵਾਲੇ ਗੁਰਦੁਆਰਾ ਚਰਨ ਕਮਲ ਸਾਹਿਬ ਆ ਗਏ ਤੇ ਕਰਦੇ ਆ ਦਰਸ਼ਨ ਤੇ ਆਪਾਂ ਯਾਰ ਡੈਡੀ ਹੁਣੇ ਕਹਿੰਦੇ ਅਸੀਂ ਇੱਥੇ ਰਹਿਣਾ ਮੈਂ ਕਿਹਾ ਤੁਸੀਂ ਇੱਥੇ ਰਹਿ ਪੋ ਕੋਈ ਚੱਕਰ ਨਹੀਂ ਗਾ ਠੀਕ ਆ ਆਪਾਂ ਚੱਲਦੇ ਆ ਗਾਂ ਚਮਕੌਰ ਸਾਹਿਬ ਤਾੜੀ ਸਾਹਿਬ ਗੁਰਦੁਆਰਾ ਰੁਕਾਂਗੇ ਉੱਥੇ ਟਰੈਕਟਰ ਯਾਰ 1-2 ਹੁੰਦੇ ਆ ਇੱਥੇ ਟਰੈਕਟਰ ਹੀ ਬਾਈ 150-200 ਖੜਾ ਇੱਥੇ ਥਾਂ ਨਹੀਂ ਮਿਲਣੀ ਯਾਰ ਨਾ ਬਹਿਣ ਨੂੰ ਨਾ ਪੈਣ ਨੂੰ ਕਿਉਂਕਿ ਬਾਹਲੇ ਜ਼ਿਆਦਾ ਭੀੜ ਆ ਯਾਰ ਇੱਥੇ ਹਨਾ ਵਾਹਿਗੁਰੂ ਬਾਬਾ ਤੇ ਆਪਾਂ ਅੱਗੇ ਚੱਲਾਂਗੇ ਉੱਥੇ ਨਾਲੇ ਹੋਰ ਵੀ ਯਾਰ ਯਾਰ ਦੋਸਤਾਂ ਸਾਰਿਆਂ ਨੂੰ ਕਿਹਾ ਵਾ ਸਟੋਰੀ ਵੀ ਪਾਈ ਹੋਈ ਉੱਥੇ ਹੀ ਚੱਲਾਂਗੇ ਓਕੇ ਰਿਪੋਰਟ ਆ ਚਾਚਾ ਚਾਚਾ ਕਹਿੰਦਾ ਮੈਂ ਚਲਾਉਂਦਾ ਤੂੰ ਪਰੇ ਹੋਇਆ ਕਿਉਂ ਜਾਂਦਾ ਕਿ ਨਾ
ਗਾਈਸ ਹੁਣ ਤਾਂ ਲੇਟ ਹੋ ਗਏ ਸੀਗੇ ਆਪਾਂ ਪਰ ਬਾਈ ਕਹਿੰਦੇ ਜ਼ਰੂਰ ਤੁਹਾਡੇ ਵਾਸਤੇ ਰਹੋ ਵਾਧੂ ਯਾਰ ਹੋਰ ਬਾਈ ਜੀ ਠੀਕ ਹੋ ਮੈਂ ਠੀਕ ਹਾਂ ਕੋਈ ਗੰਨੇ ਦੇ ਰੋਹ ਦਾ ਲੰਗਰ ਸਰਾ ਲੱਗਿਆ ਪਿਆ ਗਾਈਸ ਲੰਗਰ ਤੇ ਰੁਕੇ ਸੀਗੇ ਗੰਨੇ ਦੇ ਰੋਹ ਤੇ ਬਾਈਆਂ ਬਾਈ ਤੁਸੀਂ ਸਾਰੇ ਨੇ ਲੰਗਰ ਲਾਇਆ ਵਾ ਠੀਕ ਆ ਬਾਈ ਕਿਹੜਾ ਪਿੰਡ ਬਾਈ ਆਪਣਾ ਕਿਹੜਾ ਪੁਆਤ ਠੀਕ ਇੱਥੇ ਨੇੜੇ ਹੀ ਆ ਨਾ ਇਹਦਾ ਠੀਕ ਆ ਠੀਕ ਆ ਠੀਕ ਆ ਹੋਰ ਬਾਈ ਤੁਸੀਂ ਜਾਓਗੇ ਫਿਰ ਅਨੰਦਪੁਰ ਸਾਹਿਬ ਅੱਛਾ ਬਾਅਦ ਚੋਂ ਠੀਕ ਆ ਠੀਕ ਆ ਉਹ ਵਾਪਸ ਹੁੰਦੇ ਹੋਏ ਤਾਂ ਕਾਹਦਾ ਆਪਾਂ ਉੱਤਰ ਦੀ ਆਉਣਾ ਹਨਾ ਚਲੋ ਠੀਕ ਆ ਬਾਈ ਹੋਰ ਸੈੱਟ ਹੋ ਸਾਰੇ ਜਣੇ ਹਰ ਸਾਲ ਹੀ ਆਉਂਦੇ ਇੱਥੇ ਰੋਕ ਕੇ ਹੀ ਜਾਂਦੇ ਹੁੰਦੇ ਹਾਂ ਅਸੀਂ ਅਸੀਂ ਨਾ ਉਹ ਸਾਰੇ ਲੰਗਰਾਂ 'ਤੇ ਰੋਕਦੇ ਹੁੰਦੇ ਬਾਈ ਕਿਉਂਕਿ ਸਾਰਿਆਂ ਨਾਲ ਤਾਂ ਮਿਲ ਲਈਦਾ ਸਾਰੇ ਹੁਣ ਬੰਦੇ ਜਾਣ ਪਛਾਣ ਦੇ ਹੋ ਗਏ ਯਾਰ ਜਦੋਂ ਦੇ ਸੁਰਤੇ ਹੀ ਸੰਭਾਲੀ ਮੈਂ ਤਾਂ ਸਾਰੇ ਲੰਗਰਾਂ 'ਤੇ ਰੋਕਦਾ ਹੁੰਦਾ ਹਾਂਜੀ ਪਿੰਡ ਰੋਡਿਆਂ ਤੋਂ ਜੀ ਹੋਰ ਗਾਈਸ ਆ ਗਏ ਸ੍ਰੀ ਚਮਕੌਰ ਸਾਹਿਬ ਆ ਗਏ ਬਾਈ ਕਰੋ ਬਾਈ ਦਰਸ਼ਨ ਗਾਈਸ ਅੱਜ ਰਵਾਂਗੇ ਗੁਰਦੁਆਰਾ ਤਾੜੀ ਸਾਹਿਬ ਰਵਾਂਗੇ ਗੁਰਦੁਆਰਾ ਤਾੜੀ ਸਾਹਿਬ ਠੀਕ ਆ ਤੇ ਫਿਰ ਤੁਰਦੇ ਆ ਫਿਰ ਸੁਭਾ ਹਨਾ ਬਿਨਾਂ ਸਮਾਨ ਸਮੂਨ ਲਾਈਏ ਚਾਰ ਤੇ ਫਸ ਆਪਣਾ ਆ ਗਿਆ ਬਾਈ ਗੁਰਦੁਆਰਾ ਤਾੜੀ ਸਾਹਿਬ ਇੱਥੇ ਹੀ ਰੁਕਦੇ ਹੁੰਦੇ ਹਰੇਕ ਸਾਲ ਆਪਾਂ ਆ ਗਏ ਬਾਈ ਮੁੰਡੇ ਵਾਹਿਗੁਰੂ ਲਾ ਦੇ ਇੱਕ ਟਿਕਾਣਾ ਜਾ ਗਾਈਸ ਆ ਗਏ ਗੁਰਦੁਆਰਾ ਤਾੜੀ ਸਾਹਿਬ ਤੇ ਲਾਈਟਰ ਲਾ ਤੇ ਆਪਾਂ ਦੋਨੇ ਕਰਤੀਆਂ ਲਾਈਟਾਂ ਲੁਟਾ ਬੰਦ ਮੁੰਡਿਓ ਤੇ ਕੀ ਕਹਿੰਦੇ ਹੁੰਦੇ ਇਨਵੈਟਰ ਬੈਟਰੀ ਵੀ ਲਾ ਤੇ ਚਾਰਜਿੰਗ ਤੇ ਇੱਕ ਯਾਰ ਆਪਾਂ ਬੈਟਰੀ ਡਿੱਕ ਵਾਲੀ ਚਾਰਜ ਲਾਉਣੀ ਸੀਗੀ ਉਹ ਹੁਣ ਦੇਖਦੇ ਹਾਂ ਪਹਿਲਾਂ ਦੂਜੀ ਚਾਰਜ ਹੋ ਜਾਏ ਯਾਰ ਕਿਉਂਕਿ ਫੋਨ ਫਾਨ ਵੀ ਚਾਰਜ ਕਰਨੇ ਹੁੰਦੇ ਆ ਹਨਾ ਤਾਰਾਂ ਵੇਖੋ ਵਿਛਾ ਦੇਣਾ ਮੁੰਡਿਆਂ ਨੇ ਲਾ ਤੇ ਚਾਰਜ ਬੈਟਰੀ ਬਸ ਠੀਕ ਹੈ ਉਹ ਇੱਕ ਟਰਾਲੀ ਵਾਲੀਆਂ ਲਾਈਟਾਂ ਤਾਂ ਛੱਡ ਲਓ ਯਾਰ ਅੰਦਰ ਤਾਂ ਚਾਨਣ ਕਰੋ ਲਾਈਆਂ ਕਾਹਨੂੰ ਇਹ ਤਾਂ ਛੱਡੋ ਨਾ ਕਿਉਂ ਠੀਕ ਆਹ ਤਾਂ ਚੱਲੀ ਜਾਂਦੇ ਕੁਛ ਨਹੀਂ ਹੁੰਦਾ ਬਾ ਠੀਕ ਆ ਟਰਾਲੇ ਯਾਰ ਚਾਨਣ ਤਾਂ ਕਰੋ ਨਾ ਗੱਲ ਕੀ ਮੁੰਡੇ ਸਿਰ ਨੀ ਝਕਾਉਂਦੇ ਮਾਰਨਾ ਮਨਜੂਰਿਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਹਣੇ ਕਹਿਲੀ ਮੁੰਡਾ ਪੱਟਿਆ ਰੱਗਾਂ ਨੇ ਤੇਰੀ ਨੋਜ਼ ਪੈਨ ਦਾ ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ